ਕੁਝ ਨਹੀਂ ਮੰਗਦੇ, ਸਰਕਾਰ ਕੋਲ ਚੱਲ ਕੇ ਨਹੀਂ ਜਾਂਦੇ, ਇਹਨਾਂ ਦੀ ਗਰਦਨ ਤੇ ਗੋਡਾ ਰੱਖਾਂਗੇ। ਜਿੰਨਾ ਚਿਰ ਮਰਜ਼ੀ ਉਰੇ ਬੈਠਣਾ ਪੈ ਜਾਵੇ, ਜੋ ਮਰਜ਼ੀ ਇਹ ਕਰਦੇ ਨੇ ਕਰ ਲੈਣ, ਸਾਡੀਆਂ ਮੰਗਾਂ ਨੇ ਉਹ ਮੰਨ ਲੈ, ਨਹੀਂ ਤੇਰੀ ਸਰਕਾਰ ਦੇ ਨਾਲੇ ਮੋਦੀ ਸਰਕਾਰ ਦੇ, ਸਿੱਖ ਕੌਮ ਨੇ, ਖਾਲਸਾ ਪੰਥ ਨੇ ਕੋਕੇ ਚੜ੍ਹਨੇ ਹੀ ਚੜ੍ਹਨੇ ਨੇ। ਉਹ ਜਿਹੜੇ ਸਾਧ ਦੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਮਛੰਡਾ ਹੈ ਜੀ, ਉਹਨੂੰ ਤਾਂ ਪਰੋਲਾ ਇਹਨਾਂ ਨੇ ਦੇਣੀਆਂ ਹੀ ਦੇਣੀਆਂ ਨੇ। ਇਹਨਾਂ ਦਾ ਹੱਥ ਟੋਕਾ ਵੀ, ਇਹਨਾਂ ਦਾ ਦੱਲਾ ਵੀ ਹੈ। ਇਹ ਤਾਂ ਕੰਜਰਖਾਨੇ ਕਰਕੇ ਅੰਦਰ ਗਿਆ। ਬੰਦੀ ਸਿੰਘਾਂ ਦੀ ਆਪਾਂ ਤੁਲਨਾ ਕਰਦੇ ਹਾਂ, ਆਪਾਂ ਤੁਲਨਾ ਕਰ ਸਕਦੇ ਹਾਂ ਤਾਮਲਾ ਨਾਲ। ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਮਾਰਿਆ ਸੀ, ਸਾਡੇ ਬੰਦੀ ਸਿੰਘਾਂ ਨੇ ਤਾਂ ਮੁੱਖ ਮੰਤਰੀ ਮਾਰਿਆ, ਉਹ ਵੀ ਜ਼ਾਲਮ ਜ਼ਾਲਮ ਮੁੱਖ ਮੰਤਰੀ ਸੀ। ਜਿੰਨੀ ਸੰਗਤ ਦੀਪ ਦੇ ਫੁੱਲ ਪਾਉਣ ਵੇਲੇ ਇਕੱਠੀ ਹੋਈ ਸੀ, ਉਨੀ ਇਹਨਾਂ ਨੂੰ ਵੋਟਾਂ ਨਹੀਂ ਪਈਆਂ। ਹੁਣ ਤਾਂ ਉਹ ਜਿਹੜਾ ਬਹੁਤ ਬੜਾ ਬਣਦਾ ਇੱਕ ਕੀ ਨਾਮ ਉਹਦਾ ਅਗਰਾਹਾਂ, ਉਹ ਵੀ ਕਹਿੰਦਾ ਪੰਥ ਦੀ ਅਗਵਾਈ ਹੇਠ ਦੀਪ ਸਿੱਧੂ ਹੋਣਾ ਕਰਕੇ ਮੋਰਚਾ ਜਿੱਤਿਆ। ਸਰਦਾਰ ਜਗਜੀਤ ਸਿੰਘ ਡੱਲੇਵਾਲ ਹੁਣੀ, ਇਹਨਾਂ ਦਾ ਫਰਕ ਹੈ ਇਹਨਾਂ ਨੂੰ, ਇੱਕ ਤਾਂ ਉਹ ਅੰਮ੍ਰਿਤਧਾਰੀ ਨੇ, ਹਨਾ, ਉਹਨਾਂ ਨਾਲ ਵੀ ਜੱਗੋਂ ਤੇਰਵੀਂ ਹੋਈ ਆ, ਉਹ ਤਾਂ ਕਹਿਣ ਲੱਗੇ ਨੇ। ਆ ਜਿਹੜੇ ਕਾਮਰੇਡਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਚਾਰ ਛਿੱਲੜਾਂ ਪਿੱਛੇ ਕਿਸੇ ਦੀਆਂ ਜੁੱਤੀਆਂ ਚੱਟਣ ਨੂੰ ਤਿਆਰ ਹੋ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਦਾ ਸਟੇਟ ਟੀ ਵੀ ਵੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਸੋ ਕੌਮੀ ਇਨਸਾਫ਼ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕੌਮੀ ਇਨਸਾਫ਼ ਮੋਰਚਾ ਲੱਗੇ ਨੂੰ ਤਕਰੀਬਨ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ, ਪਰ ਸਰਕਾਰਾਂ ਪ੍ਰਸ਼ਾਸਨ ਆਪੋ ਆਪਣੀ ਜਿੱਦ ਦੇ ਉੱਤੇ ਨੇ। ਪਰ ਬੀਤੇ ਦਿਨ ਇੱਕ ਨਵੀਂ ਖਬਰ ਆਉਂਦੀ ਹੈ ਜਿਸ ਤੋਂ ਬਾਅਦ ਇਸ ਕੌਮੀ ਇਨਸਾਫ਼ ਮੋਰਚੇ ਦੇ ਵੱਲ ਸਭ ਦਾ ਧਿਆਨ ਗਿਆ, ਜਦੋਂ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਂਦੀ ਹੈ। 7ਵੀਂ ਵਾਰ ਪਰੋਲ ਮਿਲਦੀ ਹੈ ਅਤੇ ਉਸ ਪਰੋਲ ਤੋਂ ਬਾਅਦ ਹੁਣ ਉਹ ਕੁਝ ਦਿਨਾਂ ਦੇ ਵਿੱਚ 40 ਦਿਨਾਂ ਲਈ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਗੇ। ਪਰ ਉਦੋਂ ਜਦੋਂ ਉੱਥੇ ਗੱਲ ਹੁੰਦੀ ਹੈ ਬੰਦੀ ਸਿੰਘਾਂ ਦੀ, ਤਾਂ 32-32 ਸਾਲਾਂ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਲਵਿੰਦਰ ਸਿੰਘ ਪਲਵਾੜਾ ਜੀ, ਤਲਵਾੜਾ ਜੀ ਮੌਜੂਦ ਨੇ। ਤਲਵਾੜਾ ਜੀ, ਸਭ ਤੋਂ ਪਹਿਲਾਂ ਬੰਦੀ ਸਿੰਘ ਅੰਦਰ ਨੇ 32 ਸਾਲਾਂ ਤੋਂ, ਅਤੇ ਰਾਮ ਰਹੀਮ ਨੂੰ 7ਵੀਂ ਵਾਰ ਪਰੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਉਹ ਜਿਹੜੇ ਸਾਧ ਦੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਮਛੰਡਾ ਹੈ ਜੀ, ਹਨਾ, ਉਹਨੂੰ ਤਾਂ ਪਰੋਲਾ ਇਹਨਾਂ ਨੇ ਦੇਣੀਆਂ ਹੀ ਦੇਣੀਆਂ ਨੇ। ਇਹਨਾਂ ਦਾ ਹੱਥ ਟੋਕਾ ਵੀ, ਇਹਨਾਂ ਦਾ ਦੱਲਾ ਵੀ ਹੈ, ਹਨਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ 'ਚ ਵੀ ਉਹਦਾ ਨਾਂ ਬੋਲਿਆ, ਉੱਥੋਂ ਸਾਫ਼ ਹੋ ਗਿਆ ਕਿ ਉਹ ਇੰਡੀਅਨ ਸਟੇਟ ਦਾ ਹੱਥ ਠੋਕਾ ਹੈ, ਹਨਾ। ਉਹਨੂੰ ਦੇਖੋ, ਬੰਦੀ ਸਿੰਘਾਂ ਨਾਲ ਉਹਦੀ ਲੰਡੂ ਦੀ ਤੁਲਨਾ ਤਾਂ ਕਰਨੀ ਵੈਸੇ ਗਲਤ ਹੈ। ਮੈਂ ਪਹਿਲੀ ਵਾਰ ਅੱਜ ਤੁਹਾਡੇ ਚੈਨਲ 'ਤੇ ਜਵਾਬ ਦੇਣ ਲੱਗਿਆਂ, ਲੇਕਿਨ ਮੈਂ ਉਸ ਅਕਿਰਤਘਣ ਬੰਦੇ ਦਾ, ਉਸ ਘਟੀਆ ਇਨਸਾਨ ਦਾ ਕਦੇ ਜਵਾਨ 'ਤੇ ਆਪਣੀ 'ਤੇ ਨੌਂਬ ਨਹੀਂ ਲਿਆ। ਸਾਡੇ ਬੰਦੀ ਸਿੰਘਾਂ ਤਾਂ ਪਵਿੱਤਰ ਰੂਹਾਂ ਨੇ ਨਾ, ਉਹ ਤਾਂ, ਹਨਾ, ਉਹਨਾਂ ਨੇ ਤਾਂ ਕੌਮ ਲਈ, ਆਪਣੇ ਧਰਮ ਲਈ, ਜਦ ਕੌਮ ਨੂੰ ਲੋੜ ਸੀ, ਜਦ ਕੌਮ ਦੀ ਪੱਗ ਸਾਰੀ ਦੁਨੀਆ ਇਹ ਸਮਝਦੀ ਸੀ ਵੀ ਗਿਰੀ ਹੋਈ ਹੈ ਸਿੱਖ ਕੌਮ ਦੀ ਪੱਗ, ਉਸ ਵੇਲੇ ਚੱਕ ਕੇ ਸਿਰ 'ਤੇ ਰੱਖੀ ਔਰ ਸਿਰ 'ਤੇ ਸਜਾਈ, ਉਹਨਾਂ ਨਾਲ ਉਹਦੀ ਤੁਲਨਾ ਕਰਨੀ ਬਹੁਤ ਗਲਤ ਹੈ। ਪਰ ਉਹ ਤਾਂ ਇੰਡੀਅਨ ਸਟੇਟ ਦਾ ਹੱਥ ਠੋਕਾ ਹੈ ਜੀ, ਲੰਡੂ ਸਾਧ ਹੈ, ਹਨਾ, ਉਹਦੇ ਵਾਸਤੇ ਪਰੋਲਾਂ ਹੀ ਪਰੋਲਾਂ ਨੇ, ਉਹਨੂੰ ਅੰਦਰ ਵੀ ਬਾਹਰ ਹੈ, ਹਨਾ। ਅਤੇ ਸਾਡੇ ਤਾਂ ਨੌਜਵਾਨਾਂ ਨੇ ਅਸਲ ਜੇਲ੍ਹਾਂ ਕੱਟੀਆਂ ਨੇ, ਕਠੋਰ ਜੇਲ੍ਹਾਂ ਅਸੀਂ ਖੁਦ ਉਹ ਦੇਖੀਆਂ ਨੇ, ਹਨਾ, ਉਹ ਕਠੋਰ ਜੇਲ੍ਹਾਂ ਉਹਨਾਂ ਨੇ ਕੱਟੀਆਂ ਨੇ, ਅਸੀਂ ਵੀ ਦੇਖੀਆਂ ਨੇ। ਅਤੇ ਉਹ ਇਹਨਾਂ ਦੀਆਂ ਜੇਲ੍ਹਾਂ ਦਾ, ਆਪਣੀਆਂ ਜੇਲ੍ਹਾਂ ਦਾ ਬਹੁਤ ਫਰਕ ਹੈ। ਇਹ ਤਾਂ ਕੰਜਰਖਾਨੇ ਕਰਕੇ ਅੰਦਰ ਗਿਆ, ਆਪਾਂ ਇੱਕ ਪੂਰੀ ਇੰਡੀਅਨ ਸਟੇਟ ਨਾਲ ਟਕਰਾਏ ਨੇ ਆਪਣੇ ਨੌਜਵਾਨ, ਉਹਨਾਂ ਦਾ ਇਹਨਾਂ ਦੀ ਤੁਲਨਾ ਨਹੀਂ ਕਰ ਸਕਦੇ। ਹਾਂ,
ਕਾਨੂੰਨ ਤੋੜ ਕੇ ਇਹਨੂੰ ਪੈਰੋਲਾਂ ਦੇ ਰਹੇ ਨੇ ਉਹਦੀ ਨਿੰਦਾ ਹੋਣੀ ਚਾਹੀਦੀ ਹੈ। ਦੋ ਵਾਰ ਪੈਰੋਲ ਮਿਲਦੀ ਹੈ, ਜਿੱਡਾ ਮਰਜ਼ੀ ਕ੍ਰਾਈਮ ਕੀਤਾ ਹੋਇਆ ਦੋ ਵਾਰ, ਇਹਨੂੰ ਤਾਂ ਕਹਿੰਦੇ 6-7 ਵਾਰ ਮਿਲ ਗਈ, ਸੱਤਵੀਂ ਵਾਰ ਮਿਲ ਗਈ, ਹੈ ਨਾ। ਦੋ ਵਾਰ ਸਾਲ 'ਚ ਪੈਰੋਲ ਮਿਲਦੀ ਆ, ਜਿਹੜੀ ਮਿਲਣੀ ਆ ਮਿਲਣੀ ਚਾਹੀਦੀ ਆ, ਮੈਂ ਅਸੀਂ ਇਸ ਗੱਲ ਦੀ ਨਹੀਂ ਉਹ ਕਰਦੇ, ਪਰ ਕਾਨੂੰਨ ਤੋੜ ਕੇ ਵੋਟਾਂ ਨੂੰ ਉਹ ਕਰਕੇ ਉਹਨੂੰ ਵਰਤਣ ਦੇ ਮਾਰੇ ਇਹ ਸਾਰਾ ਕੁਛ ਕਰਦੇ ਨੇ। ਜਿਹੜਾ ਬੰਦੀ ਸਿੰਘਾਂ ਦੀ ਆਪਾਂ ਤੁਲਨਾ ਕਰਦੇ ਹਾਂ, ਆਪਾਂ ਤੁਲਨਾ ਕਰ ਸਕਦੇ ਹਾਂ ਤਾਮਲਾ ਨਾਲ। ਤਾਮਲਾ ਨੇ ਰਾਜੀਵ ਗਾਂਧੀ ਨੂੰ ਸੋਧਿਆ ਸੀ, ਮਾਰਿਆ ਸੀ, ਹੈ ਨਾ, ਉਹ ਬੰਦੇ ਰਿਹਾ ਕਰਤੇ। ਅਸੀਂ ਉਸ ਆਧਾਰ 'ਤੇ ਇਹ ਮੰਗ ਰੱਖਦੇ ਹਾਂ ਕਿ ਸਾਡੇ ਬੰਦੀ ਸਿੰਘ ਵੀ ਰਿਹਾ ਕਰੇ ਜਾਣ। ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਮਾਰਿਆ ਸੀ, ਸਾਡੇ ਬੰਦੀ ਸਿੰਘਾਂ ਨੇ ਤਾਂ ਮੁੱਖ ਮੰਤਰੀ ਮਾਰਿਆ, ਉਹ ਵੀ ਜ਼ਾਲਮ ਜ਼ਾਲਮ ਮੁੱਖ ਮੰਤਰੀ ਸੀ, ਜੋ ਪੰਜਾਬ ਦੀ ਨੌਜਵਾਨੀ ਨੂੰ ਦੇਖਣਾ ਨਹੀਂ ਸੀ ਚਾਹੁੰਦਾ। ਉਹਦਾ ਪੰਥਕ ਰਵਾਇਤਾਂ ਅਨੁਸਾਰ ਸੋਧਾ ਲਾਇਆ ਸੀ ਪੰਜਾਬ ਦੇ ਮੁੱਖ ਮੰਤਰੀ ਦਾ, ਇਹਨਾਂ ਨੂੰ ਰਿਹਾਈਆਂ ਨਹੀਂ ਇਹ ਦੇ ਰਹੇ। ਆਪਦੇ ਕਾਨੂੰਨ 'ਚ ਦੇਖੋ ਦੋ ਕਾਨੂੰਨ ਵਰਤ ਰਹੇ ਨੇ, ਦੋ ਧਾਰੀ ਤਲਵਾਰ, ਸਿੱਖਾਂ ਲਈ ਕਾਨੂੰਨ ਹੋਰ ਅਤੇ ਹੋਰਾਂ ਲਈ ਹੋਰ, ਕੋਈ ਗੱਲ ਨਹੀਂ। ਕਿੰਨਾ ਕੁ ਚਿਰ ਕੌਮ ਕੋਈ ਭਖਾਰੀ ਥੋੜੋ ਹੈ, ਇਹਨਾਂ ਦੀ ਗਰਦਨ 'ਤੇ ਗੋਡਾ ਕਈ ਵਾਰ ਰੱਖਿਆ ਕੌਮ ਨੇ, ਫਿਰ ਰੱਖਾਂਗੇ। ਆਹ ਮੋਰਚਾ ਕੌਮ ਨੇ ਜਿੱਤਣਾ, ਬੰਦੀ ਸਿੰਘ ਵੀ ਰਿਹਾ ਕਰਾਉਣੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ ਵੀ ਇਨਸਾਫ ਲੈਣਾ, ਜਿਨ੍ਹਾਂ ਨੇ ਬਹਿਬਲ ਔਰ ਬਰਗਾੜੀ ਸਾਡੇ ਸਿੰਘ ਸ਼ਹੀਦ ਕੀਤੇ ਨੇ ਉਹਨਾਂ ਨੂੰ ਵੀ ਅੰਦਰ ਕਰਾਉਣਾ, ਅਤੇ 328 ਸਰੂਪ ਜਿਹਦਾ ਸ਼ਿਕਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਏ ਨੇ, ਉਹ 328 ਸਰੂਪਾਂ ਦਾ ਉਰੇ ਹਿਸਾਬ ਦੇ ਕੇ ਜਾਂਦੇ, ਹੈ ਨਾ। 328 ਸਰੂਪਾਂ ਦਾ ਹਿਸਾਬ ਵੀ ਲੈਣਾ, ਸਰਕਾਰ ਨੂੰ ਵੀ ਕਹਿਣਾ ਵੀ ਹਿਸਾਬ ਲੈ ਕੇ ਦਿਓ, ਅਤੇ SGPC ਨੂੰ ਵੀ ਕਹਿਣਾ। ਇਸ ਵਾਸਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਸਾਰੀ ਸਿੱਖ ਕੌਮ, ਅੱਜ ਤੁਸੀਂ ਦੇਖੋ ਕਿ ਰਿਕਾਰਡ ਟੁੱਟ ਗਿਆ ਇਕੱਠ ਦਾ, ਬੜਾ ਅੱਜ ਮਾਣ ਮਹਿਸੂਸ ਹੋਇਆ ਖਾਸ ਕਰਕੇ ਪੰਜਾਬ ਦੀ ਨੌਜਵਾਨੀ 'ਤੇ, ਕਿਉਂਕਿ ਸੰਘਰਸ਼ ਨੌਜਵਾਨਾਂ ਨੇ ਲੜਨੇ ਹੁੰਦੇ ਨੇ, ਨੌਜਵਾਨਾਂ ਨੇ ਜਿੱਤਣੇ ਹੁੰਦੇ ਨੇ। ਔਰ ਜਿਹੜੀ ਲੜਾਈ ਸਿੱਖ ਕੌਮ ਹੁਣ ਲੜ ਰਹੀ ਹੈ ਨਾ, ਉਹ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਦੀ ਲੜ ਰਹੀ ਹੈ ਕਿ ਇਹਨਾਂ ਦਾ ਭਵਿੱਖ ਸੁਰੱਖਿਅਤ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸ, ਪਤਾ ਤਾਂ ਲੱਗੇ ਦੁਨੀਆ ਨੂੰ ਵੀ ਹੈਗਾ ਪੰਜਾਬ, ਠੀਕ ਹੈ। ਉਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਉਸ ਵੇਲੇ ਪੰਜਾਬ ਸੀ, ਉਹ ਪੰਜਾਬ ਅਸੀਂ ਉਰੇ ਬਣਾਵਾਂਗੇ, ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ 'ਤੇ ਉਰੇ ਆਪਦਾ ਰਾਜ ਵੀ ਸਥਾਪਿਤ ਕਰਾਂਗੇ। ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ, ਕਿਉਂਕਿ ਖਾਲਸੇ ਦੇ ਨਿਸ਼ਾਨ ਸਾਹਿਬ ਪੂਰੀ ਦੁਨੀਆ 'ਤੇ ਝੂਲਣੇ ਨੇ, ਉਹ ਤਾਂ ਸਾਡੇ ਗੁਰੂ ਸਾਹਿਬਾਨ ਕਹਿ ਗਏ ਨਾ, ਉਹ ਤਾਂ ਸਾਰੀ ਦੁਨੀਆ 'ਤੇ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਣੇ ਹੀ ਝੂਲਣੇ ਨੇ, ਇਹਨੂੰ ਫਿਰ ਇੰਡੀਅਨ ਸਟੇਟ ਕਿਹੜੇ ਬਾਗ ਦੀ ਮੂਲੀ ਆ ਵੀ ਰੋਕ ਲੂ। ਸਾਡਾ ਨਿਸ਼ਾਨ ਸਾਹਿਬ ਤਾਂ ਦੁਨੀਆ ਦੀ ਸੁਪਰ ਪਾਵਰ, ਦੁਨੀਆ ਦੀ ਸੁਪਰ ਪਾਵਰ ਅਮੈਰੀਕਾ ਦਾ ਜਿਹੜਾ ਰਾਸ਼ਟਰੀ ਝੰਡਾ ਹੈ ਉਹਦੇ ਨਾਲੋਂ 4.5 ਫੁੱਟ ਉੱਚਾ ਝੂਲ ਲਿਆ, ਉਹ ਨਿਸ਼ਾਨ ਸਾਹਿਬ ਆ, ਉਹਨੇ ਸਾਰੀ ਦੁਨੀਆ 'ਤੇ ਝੂਲਣਾ। ਅਤੇ ਇਸ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ। ਇਹ ਮੋਰਚਾ ਕੌਮ ਨੇ ਲਾਇਆ, ਇਹ ਕੌਮ ਪੂਰੀ ਚੜ੍ਹਦੀ ਕਲਾ ਨਾਲ ਚਕਾਰੇ ਛੱਡਦੀ ਹੋਈ ਨਿਸ਼ਾਨ ਸਾਹਿਬ ਲਹਿਰਾਉਂਦੀ ਹੋਈ ਇਹ ਮੋਰਚਾ ਜਿੱਤੂਗੀ, ਬੰਦੀ ਸਿੰਘ ਰਿਹਾ ਹੋਣਗੇ। ਤਲਵਾੜਾ ਜੀ, ਮੈਂ ਨਾ ਪਰਸੋਂ ਜ਼ੀਰੇ ਗਿਆ ਸੀ ਜਿੱਥੇ ਮੋਰਚਾ ਜਿੱਤਣ ਦੀ ਖੁਸ਼ੀ 'ਚ, ਉੱਥੇ ਅਖੰਡ ਸਾਹਿਬ ਰਖਾਏ, ਉੱਥੇ ਡੱਲੇਵਾਲ ਸਾਹਿਬ ਮਿਲੇ, ਉਹ ਕਹਿੰਦੇ, ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਇੱਥੇ ਵੀ ਨਿਸ਼ਾਨ ਸਾਹਿਬ ਲੱਗਿਆ ਹੋਇਆ, ਦਿੱਲੀ ਵੀ ਨਿਸ਼ਾਨ ਸਾਹਿਬ ਲੱਗਿਆ ਸੀ ਜੋ ਦੀਪ ਹੋਣੇ 26 ਜਨਵਰੀ ਨੂੰ ਗਏ ਨੇ, ਵੀ ਉਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ, ਉਹ ਕਹਿੰਦੇ ਅਸੀਂ ਉਹ ਮੋਰਚਾ ਵੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਜਿੱਤੇ ਹਾਂ ਅਤੇ ਇਹ ਮੋਰਚਾ ਵੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਜਿੱਤੇ ਹਾਂ। ਉੱਥੋਂ ਦੇ ਇੱਥੋਂ ਦੇ ਬਿਆਨਾਂ 'ਚ ਫਰਕ ਕਿੱਦਾਂ ਮਹਿਸੂਸ ਕਰ ਰਹੇ ਉਹਨਾਂ ਨੇ? ਇਹ ਗੁਰੂ ਸਾਹਿਬ ਕਰਾ ਦਿੰਦੇ ਹੁੰਦੇ ਨੇ ਜੀ, ਸੰਗਤ ਕਰਾ ਦਿੰਦੀ ਹੁੰਦੀ ਆ, ਚੋਣਾਂ ਲੜ ਕੇ ਦੇਖ ਲਈਆਂ। ਪਰ ਮੈਂ ਇੱਥੇ ਦੱਸਦਾ, ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਣੀ, ਇਹਨਾਂ ਦਾ ਫਰਕ ਹੈ ਇਹਨਾਂ ਨੂੰ, ਇੱਕ ਤਾਂ ਉਹ ਅੰਮ੍ਰਿਤਧਾਰੀ ਨੇ, ਹੈ ਨਾ, ਉਹਨਾਂ ਨਾਲ ਵੀ ਜੱਗੋਂ 13ਵੀਂ ਹੋਈ ਆ, ਉਹ ਤਾਂ ਕਹਿਣ ਲੱਗੇ ਨੇ। ਇਹ ਜਿਹੜੇ ਰਾਜੇਵਾਲ ਹੋਣੀ ਦੀ ਪੰਜ ਚਾਰਕ ਜਿਨ੍ਹਾਂ ਨੇ ਮੋਰਚਾ ਲੁੱਟਿਆ, ਮੋਰਚਾ ਲੁੱਟਿਆ ਜਿਨ੍ਹਾਂ ਨੇ, ਉਹਨਾਂ 'ਚ ਜਗਜੀਤ ਸਿੰਘ ਡੱਲੇਵਾਲ ਨਹੀਂ ਸੀਗਾ।
ਜਗਜੀਤ ਸਿੰਘ ਡੱਲੇ ਵਾਲ ਨਾਲ ਵੀ ਇਹਨਾਂ ਨੇ ਜੱਗੋਂ 13ਵੀਂ ਕਰੀ ਆ, ਉਹਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਕਰਕੇ ਹੁਣ ਤਾਂ ਸਾਰੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਅਗਵਾਈ ਸੀ, ਨਿਸ਼ਾਨ ਸਾਹਿਬ ਦੇ ਥੱਲੇ ਜਿੱਤਿਆ। ਉੱਥੇ ਤਾਂ ਜਦ ਨਿਸ਼ਾਨ ਸਾਹਿਬ ਚੜ੍ਹਾ ਦਿੰਦੇ ਸੀ, ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਸੀ, ਉੱਥੇ ਪਤਾ ਲੱਗਦਾ ਨਾ ਕਿ ਲੱਤਾਂ 'ਚ ਜਾਨ ਨਹੀਂ ਸੀ। ਅਸੀਂ ਤਾਂ ਉੱਥੇ ਵੀ ਦੀਪ ਬਾਈ ਦਾ ਜਿੱਥੇ ਮੋਰਚਾ ਤੀ ਉੱਥੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੀ, ਅਤੇ ਇਹ ਤਾਂ ਸਾਡੇ ਘਰ 'ਚ ਹੈ, ਉਰੇ ਤਾਂ ਝੂਲ ਰਹੇ ਨੇ ਨਿਸ਼ਾਨ ਸਾਹਿਬ ਸਾਰੇ ਕਿਤੇ, ਹੈ ਨਾ। ਇਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਸੀ, ਇਸ ਲਈ ਇਹ ਨਾ ਜ਼ਿਆਦੇ ਜਿਹੜੇ ਸੀਗੇ ਉਹ ਇੰਡੀਅਨ ਸਟੇਟ ਨਾਲ ਲੈਣ ਦੇਣ ਕਰਨਾ ਚਾਹੁੰਦੇ ਸੀ। ਅਸੀਂ ਇਹਨਾਂ ਨੂੰ ਇਹ ਕਹਿਤਾ ਸੀ ਕਿ ਅਸੀਂ ਸਟੇਜਾਂ 'ਤੇ ਨਹੀਂ ਬੋਲਣਾ, ਅਸੀਂ ਕੁਛ ਨਹੀਂ ਲੈਣਾ, ਜੇ ਗੜਬੜ ਕਰੇਂਗੇ ਉਹ ਸਾਰੀ ਕੌਮ ਨੂੰ, ਸਾਰੇ ਪੰਜਾਬ ਨੂੰ ਅਸੀਂ ਦੱਸਾਂਗੇ। ਹੁਣ ਤਾਂ ਉਹ ਜਿਹੜਾ ਬਹੁਤ ਬੜਾ ਬਣਦਾ ਇੱਕ ਕੀ ਨਵਾਂ ਉਹਦਾ ਅਗਰਾਹਾਂ, ਉਹ ਵੀ ਕਹਿੰਦਾ ਪੰਥ ਦੀ ਅਗਵਾਈ ਹੇਠ ਦੀਪ ਸਿੱਧੂ ਉਹਨਾਂ ਕਰਕੇ ਮੋਰਚਾ ਜਿੱਤਿਆ। ਹੁਣ ਸਾਰੇ ਕਹਿਣਗੇ ਦੀਪ ਸਿੱਧੂ 'ਤੇ ਅਕਾਲ ਪੁਰਖ ਵਾਹਿਗੁਰੂ ਨੇ ਐਡੀ ਬੜੀ ਬਖਸ਼ਿਸ਼ ਕਰਤੀ ਨਾ, ਉਹਨੂੰ ਆਪਦਾ ਪੁੱਤ ਬਣਾ ਲਿਆ, ਇਸ ਕਰਕੇ ਹੁਣ ਇਹ ਸਾਰੇ ਕਹਿਣਗੇ। ਤਾਂ ਰੁਲ ਗਏ, ਇਹ ਤਾਂ ਉਸ ਗੁਰੂ ਨੇ ਰੋਲ 'ਤੇ ਸਾਡੇ ਇਸ ਨੌਜਵਾਨ ਨੂੰ, ਪੰਜਾਬ ਦੀ ਆਨ ਬਾਨ ਸ਼ਾਨ ਨੂੰ ਇਹ ਬਦਨਾਮ ਕਰਦੇ ਸੀ, ਇਹ ਗਦਾਰ ਕਹਿੰਦੇ ਸੀ, ਅਤੇ ਪੰਜਾਬ ਦੀ ਸੰਗਤ ਨੇ ਦਿਖਾ ਤਾ ਕਿ ਤੁਸੀਂ ਕੀ ਹੋ ਅਤੇ ਦੀਪ ਕੀ ਹੈ। ਜਿੰਨੀ ਸੰਗਤ ਦੀਪ ਦੇ ਫੁੱਲ ਪਾਉਣ ਵੇਲੇ ਇਕੱਠੀ ਹੋਈ ਸੀ ਉੰਨੀ ਇਹਨਾਂ ਨੂੰ ਵੋਟਾਂ ਨਹੀਂ ਪਈਆਂ, ਇਹਨਾਂ ਦੀ ਔਕਾਤ ਇਹਨਾਂ ਨੂੰ ਦਿਖਾ ਤੀ। ਗੁਰੂ ਮਹਾਰਾਜ ਬੜਾ ਸਮਰੱਥ ਹੈ, ਉਹ ਸਾਰਾ ਕੁਛ ਦੇਖਦਾ ਔਰ ਉਹ ਦਿਖਾ ਦਿੰਦਾ ਹੁੰਦਾ ਔਰ ਦਿਖਾ ਤੀ। ਹੁਣ ਸਾਰੇ ਕਹਿੰਦੇ ਨੇ ਇੰਨਾ ਇੰਟੈਲੀਜੈਂਟ, ਇੰਨਾ ਪੜ੍ਹਿਆ ਲਿਖਿਆ ਮੁੰਡਾ ਆਪਦਾ ਸਾਰਾ ਕੁਛ ਛੱਡ ਕੇ, ਘਰ ਬਾਰ ਤਿਆਗ ਕੇ, ਅਰਦਾਸਾਂ ਕਰਕੇ ਸਾਡੇ ਨਾਲ ਪੰਜਾਬ ਲਈ ਔਰ ਕੌਮ ਲਈ ਤੁਰਿਆ, ਇਹ ਉਹਨੂੰ ਗਦਾਰ ਕਹਿੰਦੇ ਸੀ। ਫਿਰ ਖਿਆਮਜਾ ਭੁਗਤ ਰਹੇ ਨੇ, ਉਹ ਤਾਂ ਸਦੋਂ ਅਮਰ ਰਹੂਗਾ ਜਿੰਨਾ ਚਿਰ ਕੌਮ ਦੇ ਸ਼ਹੀਦਾਂ ਦੀ, ਕੌਮ ਦੀ ਚੜ੍ਹਦੀ ਕਲਾ ਵਾਲੇ ਯੋਧਿਆਂ ਦੀ ਗੱਲ ਚੱਲੂਗੀ, ਪੰਜਾਬ ਦੇ ਭਲੇ ਕਰਨ ਵਾਲਿਆਂ ਦੀ ਗੱਲ ਚੱਲੂਗੀ, ਉਹਨਾਂ ਚਿਰ ਸਾਡੇ ਇਸ ਬੱਬਰ ਸ਼ੇਰ ਛੋਟੇ ਵੀਰ ਦੀ ਦੀਪ ਸਿੱਧੂ ਦੀ ਗੱਲ ਚੱਲੂਗੀ। ਅਤੇ ਇਹ ਜਿਹੜੇ ਉਹਨੂੰ ਗਦਾਰ ਕਹਿੰਦੇ ਸੀ, ਇਹ ਅੱਜ ਮਰੇ ਤਾਂ ਭਲਕਾ ਦੂਆ ਦਿਨ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਕਿਉਂਕਿ ਝੂਠ ਨੂੰ ਕੋਈ ਪੁੱਛਦਾ ਨਹੀਂ, ਸੱਚ ਨੇ ਸਦੀਵੀ ਰਹਿਣਾ ਹੁੰਦਾ। ਉਹ ਨੌਜਵਾਨ ਸਾਡਾ ਵੀਰ ਸਮਰਪਿਤ ਸੀ ਸਾਡੇ ਨਾਲ, ਉਹਨੇ ਆਪਣੀ ਜ਼ਿੰਦਗੀ ਦਾ ਬਹੁਤ ਵਧੀਆ ਸਮਾਂ ਬਿਤਾਇਆ ਔਰ ਸਾਨੂੰ ਉਹ ਪ੍ਰੇਰ ਕੇ ਗਿਆ ਸਾਰੇ ਜਿਹੜੇ ਅਸੀਂ ਉਹਦੇ ਨਾਲ ਹੁੰਦੇ ਸੀ ਸ਼ੰਭੂ ਮੋਰਚੇ 'ਤੇ, ਕਿ ਹਮੇਸ਼ਾ ਜਦ ਪੰਜਾਬ ਦੀ ਕੌਮ ਦੀ ਗੱਲ ਹੋਊਗੀ ਕਦੇ ਪੰਥ ਦਾ ਮਿਹਣਾ ਨਾ ਲਿਓ, ਹਿੱਕਾਂ ਡਾਹ ਕੇ ਲੜਾਈ ਲੜਿਓ, ਉਰੇ ਰਹਿਣਾ ਕਿਸੇ ਨੇ ਵੀ ਨਹੀਂ। ਪੰਜਾਬ ਲਈ, ਸਿੱਖ ਕੌਮ ਲਈ ਜਿਹੜਾ ਮਰੂਗਾ ਉਹ ਸ਼ਹੀਦ ਕਹਿਲਾਊਗਾ, ਗੁਰੂ ਸਾਹਿਬ ਉਹਦੇ 'ਤੇ ਬਖਸ਼ਿਸ਼ਾਂ ਕਰਨਗੇ, ਉਹਨੂੰ ਆਪਣੀ ਗੋਦ 'ਚ ਬਿਠਾਉਣਗੇ। ਮਰਤਾ ਨਹੀਂ ਊਂ ਵੀ ਜਾਣਾ, ਮਰਤਾ ਰਾਜੇ ਵਾਲਾ ਉਹਨਾਂ ਨੇ ਵੀ ਜਾਣਾ, ਦੇਖ ਲਿਓ ਭੋਗ 'ਤੇ ਕਿੰਨੇ ਕੁ ਬੰਦੇ ਜਾਣਗੇ। ਇਸ ਵਾਸਤੇ ਉਹ ਸਮਰਪਿਤ ਸੀਗਾ, ਅਸੀਂ ਸਾਨੂੰ ਉਹ ਇਹਨਾਂ ਰਾਹਾਂ 'ਤੇ ਤੋਰ ਕੇ ਗਿਆ। ਅਸੀਂ ਵੀ ਜਿੰਨਾ ਚਿਰ ਜਿਉਂਦੇ ਹਾਂ ਦੀਪ ਤੋਂ ਸੇਧ ਲੈ ਕੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਸੇਧ ਲੈ ਕੇ ਉਹਨਾਂ ਰਸਤਿਆਂ 'ਤੇ ਤੁਰਾਂਗੇ, ਅੰਜਾਮ ਕੋਈ ਵੀ ਹੋਵੇ। ਬਾਈ ਦੀਪ ਦੀ ਕਮੀ ਮਹਿਸੂਸ ਹੁੰਦੀ ਹੈ ਜਿਸ ਮੋਰਚੇ ਦੇ ਵਿੱਚ ਕੀ ਹੁੰਦਾ, ਅਤੇ ਨੌਜਵਾਨਾਂ ਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ ਜਾ ਸਕਦਾ ਸੀ ਕਿ ਕਿਸ ਦੌਰ ਦੇ ਵਿੱਚੋਂ ਅੱਜ ਕੌਮ ਨਿਕਲ ਰਹੀ ਹੈ। ਸਾਨੂੰ ਤਾਂ ਪਰਿਵਾਰਕ ਤੌਰ 'ਤੇ ਸਦਾ ਹੀ ਹੋਣੀ ਹੈ, ਪਰ ਆਉਣ ਵਾਲੇ 25 ਸਾਲਾਂ ਦੇ ਵਿੱਚ ਪੰਜਾਬ ਉਸ ਬੱਬਰ ਸ਼ੇਰ ਨੂੰ ਯਾਦ ਕਰਿਆ ਕਰੂਗਾ, ਔਰ ਉਹਦੀ ਕਮੀ ਆਉਣ ਵਾਲੇ 25 ਸਾਲਾਂ 'ਚ ਵੀ ਕੌਮ ਤੋਂ ਪੂਰੀ ਨਹੀਂ ਕਰ ਹੋਣੀ। ਇੰਨਾ ਸਮਰਪਿਤ, ਇੰਨਾ ਪੰਜਾਬ ਨੂੰ, ਸਿੱਖ ਕੌਮ ਨੂੰ ਪਿਆਰ ਕਰਨ ਵਾਲਾ। ਆ ਜਿਹੜੇ ਕਾਮਰੇਡਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਚਾਰ ਛਿੱਲੜਾਂ ਪਿੱਛੇ ਕਿਸੇ ਦੀਆਂ ਜੁੱਤੀਆਂ ਚੱਟਣ ਨੂੰ ਤਿਆਰ ਹੋ ਜਾਂਦੇ ਨੇ। ਉਹ ਆਪਣਾ ਬੇਹੱਦ ਵਧੀਆ ਜੀਵਨ, ਵਧੀਆ ਗੱਡੀਆਂ ਛੱਡ ਕੇ ਆ ਕੇ ਸੜਕ 'ਤੇ ਬੈਠਿਆ ਸੀ,
ਤੇ ਲੋਕਾਂ ਨੂੰ ਸੜਕਾਂ ਤੇ ਬਿਠਾ ਕੇ ਉਹਨਾਂ ਦਾ ਮੁੱਲ ਪੱਟਦੇ ਨੇ। ਇਹਨਾਂ ਦਾ ਉਹਨਾਂ ਦਾ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਉਹ ਸਮਰਪਿਤ ਸੀ, ਉਹਦੇ ਕੋਲ ਜੋ ਤਨ ਮਨ ਧਨ ਸੀ ਸਾਰਾ ਪੰਜਾਬ ਦਾ, ਸਾਰਾ ਸਿੱਖ ਕੌਮ ਦਾ ਸੀ। ਔਰ ਉਹ ਲਾ ਕੇ ਗਿਆ, ਉਹ ਦਿਖਾ ਕੇ ਗਿਆ ਜੋ ਅਸੀਂ ਸਿੱਖ ਕੌਮ ਦੀਪ ਬਾਰੇ ਸੋਚਦੀ ਸੀ। ਦੀਪ ਉਹਨਾਂ ਗੱਲਾਂ 'ਤੇ ਪੂਰਾ ਉਤਰਿਆ। ਉਹ ਆਪ ਦੇ ਗੁਰੂ ਸਾਹਿਬ ਵੱਲੋਂ ਪਾਏ ਗਏ ਇਮਤਿਹਾਨ 'ਚੋਂ 100/100 ਨੰਬਰ ਲੈ ਕੇ ਗਿਆ। ਇੱਥੇ ਨਾ ਮੋਰਚੇ 'ਚ ਦਾਦੂਵਾਲ ਸਾਹਿਬ ਆਉਂਦੇ ਨੇ, ਉਹਨਾਂ ਦਾ ਵਿਰੋਧ ਹੁੰਦਾ ਨੌਜਵਾਨਾਂ ਵੱਲੋਂ। SGPC ਦੇ ਪ੍ਰਧਾਨ ਧਾਮੀ ਆ ਜਾਂਦੇ ਨੇ, ਉਹਨਾਂ ਦਾ ਵਿਰੋਧ ਹੁੰਦਾ ਨੌਜਵਾਨਾਂ ਵੱਲੋਂ। ਇਹ ਕੀ ਕੋਈ ਇੱਦਾਂ ਦੀ ਲਿਸਟ ਜਾਰੀ ਹੋਣੀ ਚਾਹੀਦੀ ਹੈ ਵੀ ਇਹ ਬੰਦੇ ਇਸ ਮੋਰਚੇ 'ਤੇ ਨਾ ਪਹੁੰਚਣ, ਇਹ ਆਹ ਕੈਟਾਗਰੀ ਦੇ ਬੰਦੇ ਨਾ ਪਹੁੰਚਣ? ਕਿਉਂਕਿ ਵਿਰੋਧ ਦੇ ਨਾਲ ਕਿਤੇ ਨਾ ਕਿਤੇ ਜਦੋਂ ਮੀਡੀਆ ਇਸ ਚੀਜ਼ ਨੂੰ ਚੱਕਦਾ, ਖਾਸ ਕਰਕੇ ਨੈਸ਼ਨਲ ਮੀਡੀਆ, ਅਤੇ ਉਹ ਵੱਖਰੇ ਢੰਗ ਦੇ ਨਾਲ ਪੇਸ਼ ਕਰਦਾ ਇਸ ਚੀਜ਼। ਉਹ ਤਾਂ ਜੀ ਗੋਦੀ ਮੀਡੀਆ, ਉਹਨਾਂ ਨੇ ਤਾਂ ਕਰਨਾ ਹੀ ਹੁੰਦਾ ਹੈ ਨਾ। ਪਰ ਆਹ ਜਿਹੜੀ ਨੌਜਵਾਨੀ ਖੜੀ ਹੈ, ਸਾਰੇ ਇਹ ਪੜ੍ਹ ਲਿਖ ਗਏ, ਇਹ ਅੱਗੇ ਵਾਲਾ ਕੰਮ ਨਹੀਂ। ਸਵਾਲਾਂ ਦੇ ਜਵਾਬ ਸਭ ਨੂੰ ਦੇਣੇ ਪੈਣਗੇ। ਜਿਹੜਾ ਵੀ ਪੰਜਾਬ ਨਾਲ, ਕੌਮ ਨਾਲ ਧੋਖਾ ਕਰੂਗਾ ਜਾਂ ਨੌਜਵਾਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਹਨਾਂ 'ਤੇ ਪੂਰਾ ਨਹੀਂ ਉਤਰੂਗਾ, ਉਹਨਾਂ ਨਾਲ ਇੱਕਣੇ ਹੋਊਗੀ। ਔਰ ਇਹ ਜਿਹਨੇ ਵੀ ਕੌਮ ਨਾਲ ਗਦਾਰੀ ਕੀਤੀ ਹੈ, ਜਿਹਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਉਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਨਾ ਕਿਸੇ ਨੂੰ ਵੀ ਮੈਂ ਤਾਂ ਜਾ ਨਹੀਂ ਸਕਦਾ, ਸਾਨੂੰ ਤਾਂ ਜੀ ਕੌਮ ਨੇ, ਪੰਜਾਬ ਦੀ ਨੌਜਵਾਨੀ, ਪੂਰੀ ਸਿੱਖ ਕੌਮ ਇੰਨਾ ਇੱਜ਼ਤ ਮਾਣ ਕਰਦੀ, ਅਸੀਂ ਤਾਂ ਕੌਮ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ ਹੈ ਨਾ, ਜਿੰਨਾ ਅਸੀਂ ਤਾਂ ਕਦੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਤੀ ਇੰਨਾ ਇਹ ਪਿਆਰ ਕੌਮ ਕਰਦੀ ਹੈ। ਜੇ ਅਸੀਂ ਵੀ ਕੋਈ ਗੜਬੜ ਕਰਾਂਗੇ 0.1 ਵੀ, ਤਾਂ ਜੁੱਤੀਆਂ ਉਹਨਾਂ ਦੇ ਵੀ ਪੈਣਗੀਆਂ ਜਿਹੜਾ ਕਰੂਗਾ, ਚਾਹੇ ਮੋਰਚਾ ਹੈ, ਚਾਹੇ ਸਰਕਾਰ ਹੈ, ਚਾਹੇ ਕੋਈ ਜਥੇਦਾਰ ਹੈ। ਹੁਣ ਅੱਗੇ ਵਾਲੀ ਗੱਲ ਨਹੀਂ, ਕੌਮ ਦੇ ਵਿੱਚ ਇੱਕ ਜਾਗਰਤੀ ਦੀਪ ਸਿੱਧੂ ਨੌਜਵਾਨਾਂ 'ਚ ਲਿਆ ਗਿਆ ਕਿ ਜਿਹੜਾ ਗੜਬੜ ਕਰਦਾ ਉਹਨੂੰ ਘੇਰ ਕੇ ਸਵਾਲ ਕਰੋ। ਉਹਨੇ ਸਵਾਲ ਕਰਨ ਲਾ ਤੇ, ਹੁਣ ਉਹਨਾਂ ਸਵਾਲਾਂ ਤੋਂ ਇਹ ਸਾਰੇ ਭੱਜਦੇ ਨੇ, ਕਿਉਂਕਿ ਜਿਹੜੇ ਚੋਰ ਨੇ ਉਹਨਾਂ ਨੇ ਭੱਜਣਾ ਹੀ ਹੁੰਦਾ। ਮੈਨੂੰ ਲੈ ਜਾਣ ਕਿੱਥੇ ਜਿੱਥੇ ਮਰਜ਼ੀ, ਕਿਸਾਨੀ ਸੰਘਰਸ਼ ਤੋਂ ਲੈ ਕੇ 12 ਸਾਲ ਦੀ ਉਮਰ 'ਚ ਸੰਤ ਜਰਨੈਲ ਸਿੰਘ ਉਹਨਾਂ ਦੇ ਦਰਸ਼ਨ ਕਰੇ ਸੀ, ਉਸ ਤੋਂ ਲੈ ਕੇ ਅੱਜ ਤੱਕ ਕਿਤੇ ਕੌਮ ਸਵਾਲ ਕਰ ਲਵੇ, ਸਵਾਲ ਦਾ ਜਵਾਬ ਦੇਵਾਂਗੇ। ਜਿਹੜੀ ਸੱਚੀ ਆ ਉਹਨੂੰ ਇਹ ਕਹਾਂਗੇ ਵੀ ਹਾਂ ਇਹ ਸੱਚ ਆ, ਜਿਹੜੀ ਝੂਠੀ ਆ ਉਹਨੂੰ ਝੂਠ ਕਹਾਂਗੇ। ਇਹ ਸਵਾਲਾਂ ਤੋਂ ਭੱਜਦੇ ਨੇ ਜੀ ਨੌਜਵਾਨ, ਫਿਰ ਇਹਨਾਂ ਦੇ ਮਗਰ ਭੱਜਦੇ ਨੇ। ਹੁਣ ਨੌਜਵਾਨੀ ਪੰਜਾਬ ਦੀ ਜਾਗਰਤ ਹੈ। ਕਿਸੇ ਵੀ ਲੀਡਰ ਨੂੰ ਜਿਹੜਾ ਪੰਜਾਬ ਨਾਲ ਧੋਖਾ ਕਰੂਗਾ, ਦਗਾ ਕਮਾਊਗਾ, ਉਹਦੇ ਮਗਰ ਵੀ ਭੱਜਣਗੇ, ਉਹ ਤੋਂ ਸਵਾਲਾਂ ਦੇ ਜਵਾਬ ਵੀ ਲੈਣਗੇ। ਸੋ ਹੁਣ ਇਸ ਮੋਰਚੇ ਦੀ ਸਮਾਪਤੀ ਤੱਕ ਇੱਥੇ ਹੀ ਕਿੰਨੇ ਕਿੰਨੇ ਦਿਨ ਹੋ ਗਏ ਘਰੇ ਗਿਆ ਨੂੰ? ਮੈਂ 7 ਤਰੀਕ ਦਾ ਉਰੀ ਹਾਂ ਜੀ। ਇੱਕ ਦਿਨ ਕੱਪੜੇ ਧਵਾਉਣ ਗਿਆ ਸੀਗਾ, ਕੱਪੜੇ ਧਵਾ ਕੇ ਫਿਰ ਵਾਪਸ ਆ ਗਿਆ। ਜੀ ਨਹੀਂ ਲੱਗਦਾ ਘਰੇ ਹੁਣ? ਨਹੀਂ ਜੀ, ਹੁਣ ਕਿੱਥੇ ਲੱਗਣਾ ਜੀ, ਸੰਘਰਸ਼ਾਂ 'ਚ ਥੋੜ੍ਹਾ ਜੀ ਲੱਗਦਾ ਹੁੰਦਾ। ਸੰਘਰਸ਼ਾਂ 'ਚ ਤਾਂ ਕੌਮ ਨੇ ਆਪਣਾ ਸਾਰਾ ਕੁਛ ਦਾਅ 'ਤੇ ਲੱਗਿਆ ਹੁੰਦਾ। ਅਤੇ ਮੈਂ ਤੁਹਾਨੂੰ ਇਹਦੀ ਇੱਕ ਦੱਸ ਦੇਣਾ ਕਿ ਜਿਸ ਦਿਨ ਪਹਿਲੇ ਦਿਨ ਮੋਰਚਾ ਉਰੇ ਲੱਗਿਆ ਸੀ, 10-12 ਸਿੰਘ ਸੀ ਰਾਤ ਨੂੰ, ਬਹੁਤ ਬੰਦੇ ਕਹਿੰਦੇ ਸੀ ਕਿ ਅੱਜੇ ਚੁਕਾ ਦੇਣਾ, ਅੱਜੇ ਕਰਾ ਦੇਣਾ। ਅਸੀਂ ਕਿਹਾ ਵੀ ਇਹ ਉਹ ਨੇ, 10-12 ਸ਼ਹਾਦਤਾਂ ਤਾਂ ਦੇ ਜਾਣਗੇ, ਕੌਮ ਨੂੰ, ਪੰਜਾਬ ਨੂੰ ਪਿੱਠ ਦਿਖਾ ਕੇ ਨਹੀਂ ਭੱਜਦੇ। ਵੱਧਦੇ ਗਏ, ਵੱਧਦੇ ਗਏ। ਅੱਜ ਤੁਸੀਂ ਦੇਖੋ, ਮੈਂ ਕਹਿੰਦਾ 3-4 ਕਿਲੋਮੀਟਰ ਦੇ ਏਰੀਏ 'ਚ, 5 ਕਿਲੋਮੀਟਰ ਦੇ ਏਰੀਏ 'ਚ ਗੱਡੀਆਂ ਹੀ ਗੱਡੀਆਂ ਨੇ। ਕਿੱਡੀ ਵੱਡੀ ਸੰਗਤ ਹੈ, ਅੰਦਰ ਦਿਖਾਇਓ ਜ਼ਰੂਰ ਜਾ ਕੇ। ਆਹ ਨੌਜਵਾਨੀ ਜਿਹੜੀ, ਇੰਨੀ ਤਾਂ ਸੰਗਤ ਹੁੰਦੀ ਸੀ ਪਹਿਲੇ 5-4 ਦਿਨ, ਅਸੀਂ ਜਾਣਾ ਕਿੱਥੇ ਸੀਗਾ। ਅਸੀਂ ਇਸ ਮੋਰਚੇ ਨੂੰ ਸਮਰਪਿਤ ਹੈ, ਹਮੇਸ਼ਾ ਸਮਰਪਿਤ ਰਹੇ ਹਾਂ। ਭੱਜਣ ਦਾ ਸਵਾਲ ਨਹੀਂ ਪੈਦਾ ਹੁੰਦਾ। ਉਰੇ 50 ਕਿਲੋਮੀਟਰ ਅਤੇ 40 ਕਿਲੋਮੀਟਰ 'ਤੇ ਪਿੰਡ ਹੈ, ਕੱਪੜੇ ਧਵਾ ਕੇ ਫਿਰ ਵਾਪਸ ਆ ਜਾਈਦਾ। ਅਤੇ ਉਰੀ ਹੈ ਜੀ, ਮੋਰਚਾ ਜਿੱਤਣਾ। ਜਦ ਪੰਜਾਬ ਦੀ ਸੰਗਤ, ਪੰਜਾਬ ਦਾ ਨੌਜਵਾਨ ਉਰੇ ਇਕੱਠ ਕਰਾਂਗੇ, ਜਿੱਤਣ ਤੋਂ ਬਾਅਦ ਵੀ ਜੇ ਉਹ ਕਹਿਣਗੇ
ਜੇ ਉਹ ਕਹਿਣਗੇ ਕਿ ਹੁਣ ਮੋਰਚਾ ਚੱਕ ਲਓ ਸਾਡੀ ਸੈਟਿਸਫਾਈ ਹੈ ਫਿਰ ਮੋਰਚਾ ਚੱਕਾਂਗੇ, ਨਹੀਂ ਜੇ ਉਹਨਾਂ ਨੇ ਕਿਹਾ ਕਿ ਹੁਣ ਹੋਰ ਮੰਗਾਂ ਰੱਖ ਦਿਉ ਉਹ ਵੀ ਵਿੱਚ ਠੋਕ ਦਾਂਗੇ, ਉਹ ਵੀ ਹੁਣ ਜਿਹੜਾ ਪਾਣੀਆਂ ਦੀ ਹੈ, ਬਿਜਲੀ ਦੀ ਹੈ, ਰਾਜਧਾਨੀ ਦੀ ਹੈ, ਆਹ ਜਿਹੜੀ ਧਰਤੀ 'ਤੇ ਆਪਾਂ ਖੜ੍ਹੇ ਹਾਂ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਹੈ, ਠੀਕ ਹੈ। ਕੌਮਾਂ ਦੇ ਜਿਹੜੇ ਦਬਦਬੇ ਹੁੰਦੇ ਨੇ ਉਹ ਉਰੇ ਦਿਖਾ ਤੇ, ਕਿੰਨੇ ਨੌਜਵਾਨ ਖੜ੍ਹੇ ਨੇ ਉਰੇ ਬੈਲਟ ਤੋਂ ਬਿਨਾਂ ਨਹੀਂ ਦੀ ਕਿਸੇ ਨੂੰ ਲੰਘਣ ਦਿੰਦੇ, ਹੁਣ ਕਿਸ ਕਿਤੇ ਨਹੀਂ ਰੋਕਦੇ, ਚਾਹੇ ਬਿਨਾਂ ਛੱਤ ਤੋਂ ਗੱਡੀ ਲਈ ਫਿਰੀ ਜਾ। ਦਿੱਲੀ ਵੀ ਇੱਕਣੇ ਹੋਇਆ ਸੀ ਨਾ, ਕੌਮਾਂ ਦੇ ਜਿਹੜੇ ਦਬਦਬੇ ਹੁੰਦੇ ਨੇ ਉਹ ਹਮੇਸ਼ਾ ਕੌਮਾਂ ਅਹਿਸਾਸ ਕਰਾ ਦਿੰਦੀਆਂ ਹੁੰਦੀਆਂ ਨੇ, ਕਾਬਲ ਕੰਧਾਰ ਤੱਕ ਜਿਹੜੀ ਕੌਮ ਨੇ ਅਹਿਸਾਸ ਕਰਾਇਆ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ, ਆਹ ਤਾਂ ਚੰਡੀਗੜ੍ਹ ਹੈ, ਆਪਾਂ ਦਿੱਲੀ ਅਹਿਸਾਸ ਕਰਾ ਤਾ ਦੀ। ਜਿਹੜਾ ਸਾਰਾ ਵਰਲਡ ਇਹ ਗੱਲ ਕਹਿੰਦਾ ਸੀ ਉਸ ਵੇਲੇ ਕਿ ਨਰਿੰਦਰ ਮੋਦੀ ਜਿਹੜੀ ਗੱਲ ਕਹਿ ਦਿੰਦਾ ਉਹ ਤੋਂ ਪਿੱਛੇ ਨਹੀਂ ਹਟਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਫਿਰ ਦਿਖਾਤਾ ਨਾ ਪਿੱਛੇ ਹਟਾ ਕੇ, ਸਾਰੀਆਂ ਮੰਗਾਂ ਉਹਨੇ ਜਿਹੜੇ 3 ਕਾਨੂੰਨ ਸੀ ਰੱਦ ਕਰੇ, ਮੁੜ ਕੇ ਲਵੇਟ ਕੇ ਰੱਖ ਲਏ, ਉਸ ਜਿਹੜੇ ਕਾਨੂੰਨ ਸੀ ਉਹ ਵੀ ਰੱਦ ਕਰਵਾਏ। ਗੁਰੂ ਮਹਾਰਾਜ ਦੀ ਕਿਰਪਾ ਸੀਗੀ ਕੌਮ 'ਤੇ, ਕੌਮ ਚੜ੍ਹਦੀ ਕਲਾ 'ਚ ਹੈ, ਪੂਰੇ ਵਰਲਡ 'ਚ ਕੌਮ ਦੀ ਚੜ੍ਹਦੀ ਕਲਾ, ਅਤੇ ਇਸ ਵਾਰ ਜਿਹੜਾ ਇਹ ਮੋਰਚਾ ਇਹ ਵੀ ਜਿਹੜੀਆਂ 4 ਮੁੱਖ ਮੰਗਾਂ ਨੇ ਉਹ ਮਨਵਾਵਾਂਗੇ। ਭੀਖ ਨਹੀਂ ਮੰਗਦੇ, ਸਰਕਾਰ ਕੋਲ ਚੱਲ ਕੇ ਨਹੀਂ ਜਾਂਦੇ, ਇਹਨਾਂ ਦੀ ਗਰਦਨ 'ਤੇ ਗੋਡਾ ਰੱਖਾਂਗੇ, ਜਿੰਨਾ ਚਿਰ ਮਰਜ਼ੀ ਉਰੇ ਬੈਠਣਾ ਪੈ ਜਾਵੇ, ਜੋ ਮਰਜ਼ੀ ਇਹ ਕਰਦੇ ਨੇ ਕਰ ਲੈਣ, ਆਰ ਪਾਰ ਦੀ ਲੜਾਈ ਹੈ। ਦੀਪ ਸਿੱਧੂ ਔਰ ਸੰਤ ਜਰਨੈਲ ਸਿੰਘ ਹੁਣੀ ਇਹਨਾਂ ਰਸਤਿਆਂ 'ਤੇ ਤੋਰ ਕੇ ਗਏ ਨੇ, ਜਿੰਨਾ ਚਿਰ ਜਿਉਂਦੇ ਹੈ ਇਹਨਾਂ 'ਤੇ ਤੁਰਦੇ ਰਹਾਂਗੇ। ਆਖਰੀ ਸਵਾਲ ਆ ਮੇਰਾ, ਤੁਸੀਂ ਕਿਹਾ ਸੰਤਾਂ ਨੂੰ 12 ਸਾਲ ਦੀ ਉਮਰ 'ਚ ਦੇਖਿਆ, ਸੰਤਾਂ ਦੇ ਸਮੇਂ ਦੇ ਨਾਲ ਵੱਖ ਵੱਖ ਮੋਰਚੇ ਸੀ, ਉਹਨਾਂ ਮੋਰਚਾ ਵੱਖਰੇ ਮੋਰਚੇ ਨੂੰ ਇੱਕ ਮੋਰਚਾ ਕਰਕੇ ਧਰਮ ਯੁੱਧ ਮੋਰਚਾ ਬਣਿਆ, ਕੌਮ ਦੇ ਮੋਰਚੇ ਹੁਣ ਵੀ ਬਹੁਤ ਲੱਗੇ ਹੋਏ ਨੇ, ਵੱਖਰੇ ਮੋਰਚਾ, ਚਾਹੇ ਭਾਈ ਸੁਖਰਾਜ ਸਿੰਘ ਹੋਣਾ ਦਾ ਮੋਰਚਾ ਵੱਖਰਾ ਚੱਲ ਰਿਹਾ, ਇਹ ਮੋਰਚਾ ਵੱਖਰਾ ਚੱਲ ਰਿਹਾ, ਤੀਸਰਾ ਮੋਰਚਾ ਜੀਰੇ ਵਾਲੇ, ਚਲੋ ਫਤਿਹ ਹੋਇਆ, ਅਤੇ ਲੱਗਦਾ ਵੀ ਮੋਰਚੇ ਹੁਣ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਣੇ ਚਾਹੀਦੇ, ਇੱਕ ਵੱਡੀ ਤਾਕਤ ਬਣਨੀ ਚਾਹੀਦੀ ਹੈ ਨਾ ਸਰ? ਬਿਲਕੁਲ ਜੀ, ਬਾਪੂ ਸੂਰਤ ਸਿੰਘ ਹੁਣੀ ਮੋਰਚੇ ਦਾ ਹਿੱਸਾ ਬਣ ਗਏ, ਸਰਾਬੇ ਪਿੰਡ ਲੱਗਿਆ ਹੋਇਆ ਸੀ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਮੋਰਚਾ ਇਸ ਮੋਰਚੇ ਦਾ ਹਿੱਸਾ ਬਣ ਗਿਆ, ਹੁਣ ਤਾਂ ਜੀਰੇ ਵਾਲਾ ਜਿੱਤੇ ਲਿਆ ਹੈ ਨਾ, ਇੱਕ ਰਹਿੰਦਾ ਉਹ ਵੀ ਆ ਜਾਣਗੇ, ਬੇਨਤੀ ਕਰਦੇ ਆ ਉਹਨਾਂ ਨੂੰ, ਠੀਕ ਹੈ। ਨਹੀਂ ਜੇ ਉਹ ਕੌਮ ਨੂੰ ਸਮਰਪਿਤ ਹੈ, ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੀ ਕੌਮ ਨੂੰ ਪੰਜਾਬ ਨੂੰ ਸਮਰਪਿਤ ਹੈ, ਹੁਣ ਜਦ ਮੰਗਾਂ ਤਾਂ ਉਹੀ ਨੇ, ਹੁਣ ਇੱਕ ਵਾਰ ਇਕੱਠੇ ਹੋ ਕੇ ਆਰ ਪਾਰ ਦੀ ਲੜਾਈ ਲੜਾਂਗੇ ਨਾ, ਨਾਲੇ ਆ ਨਵੇਂ ਨਵੇਂ ਬਣੇ ਨੇ, ਇਹ ਆਪੇ ਕਹਿੰਦਾ ਹੁੰਦਾ ਦੀ ਵੀ ਕੋਕੇ ਜੜ ਦਿਉ, ਇੱਕ ਇੱਕ ਸੁਣਾਉਂਦਾ ਹੁੰਦਾ ਦੀ ਆ ਪੁੱਠੀਆਂ ਸਿੱਧੀਆਂ ਗੱਲਾਂ, ਭਗਵੰਤ ਮਾਨ ਨੂੰ ਆ ਤੁਹਾਡੇ ਚੈਨਲ ਰਾਹੀਂ ਦੱਸਦੇ ਹੈ ਕਿ ਸਿੱਖ ਕੌਮ ਨਾਲ ਆਡਾ ਨਾਂ ਲੈ, ਜਿਹੜੀਆਂ ਗੱਲਾਂ ਨੇ ਸਾਡੀਆਂ ਮੰਗਾਂ ਨੇ ਉਹ ਮੰਨ ਲੈ, ਨਹੀਂ ਤੇਰੀ ਸਰਕਾਰ ਦੇ ਨਾਲੇ ਮੋਦੀ ਸਰਕਾਰ ਦੇ, ਸਿੱਖ ਕੌਮ ਨੇ, ਖਾਲਸਾ ਪੰਥ ਨੇ ਕੋਕੇ ਜੜਨੇ ਹੀ ਜੜਨੇ ਨੇ। ਸੋ ਇਹ ਕੌਮੀ ਇਨਸਾਫ ਮੋਰਚੇ ਦਾ ਜੋਸ਼ ਹੈ ਜੋ ਜਿਸ ਨੂੰ ਲੈ ਕੇ ਲਗਾਤਾਰ 7 ਤਰੀਕ ਤੋਂ ਸਾਰੀ ਨੌਜਵਾਨੀ ਇੱਥੇ ਡਟੀ ਹੋਈ ਹੈ, ਬਜ਼ੁਰਗ ਉਹਨਾਂ ਦੇ ਨਾਲ ਡਟੇ ਹੋਏ ਨੇ, ਸੋ ਇੱਕ ਸੇਧ ਦੇ ਤਹਿਤ ਮੋਰਚਾ ਜਿਹੜਾ ਚੱਲ ਰਿਹਾ। ਇੱਕ ਸਵਾਲ ਹੋਰ ਜੀ, ਇੱਕ ਬੇਨਤੀ ਰਹਿ ਗਈ ਸੀ ਜੀ, ਮੈਂ ਅਸੀਂ ਦੀਪ ਨੇ ਮੈਨੂੰ ਕਿਸਾਨੀ ਸੰਘਰਸ਼ ਵੇਲੇ ਵੀ ਇਹ ਕਹੀ ਸੀ, ਜਿਹੜੇ ਵਿਦੇਸ਼ਾਂ ਵਿੱਚ ਸਾਡੇ ਵੀਰ ਭੈਣ ਭਰਾ ਚਾਚੇ ਤਾਏ ਰਹਿੰਦੇ ਨੇ, ਉਹਨਾਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਕਿ ਜਿਵੇਂ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਸਮਰਥਨ ਕੀਤਾ ਸੀ, ਆਪਦੇ ਪਿੰਡਾਂ 'ਚ ਆਪਦੇ ਪਰਿਵਾਰਾਂ ਨੂੰ ਕਹੋ ਟਰਾਲੀਆਂ ਲੈ ਕੇ ਉਰੇ ਆਉਣ, ਉਹਨਾਂ ਦੀ ਮਦਦ ਵੀ ਕਰੋ, ਕਿਸਾਨੀ ਮੋਰਚੇ ਮੰਗੇ ਇਸ ਮੋਰਚੇ 'ਚ ਜਿਵੇਂ ਬਾਹਰ ਰਹਿੰਦੇ ਸਾਡੇ ਭੈਣਾਂ ਭਰਾਵਾਂ ਨੇ, ਸਮਰਪਿਤ ਨੇ ਉਹ ਪੰਜਾਬ ਨੂੰ,
ਪੰਜਾਬ ਨੂੰ ਸਮਰਪਿਤ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਝੱਟ ਹੁਣ ਉਰੇ ਵੀ ਲਵਾ ਦਿਓ। ਹਮੇਸ਼ਾ ਪੰਜਾਬ ਜਦੋਂ ਵੀ ਲੜਾਈ ਲੜੀ ਹੈ, ਪੰਜਾਬ ਨੇ ਸੰਘਰਸ਼ ਲੜੇ ਨੇ ਸੰਤ ਜਰਨੈਲ ਸਿੰਘ ਉਹਨਾਂ ਵੇਲੇ ਤੋਂ ਲੈ ਕੇ ਅੱਜ ਤੱਕ, ਸਾਡੇ ਵਿਦੇਸ਼ੀ ਭੈਣਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਤੁਸੀਂ ਆਪਣੇ ਪਿੰਡਾਂ 'ਚ ਇੱਕ ਇੱਕ ਟਰਾਲੀ, ਦੋ ਦੋ ਟਰਾਲੀਆਂ, ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ। ਤੁਸੀਂ ਹਰ ਸੰਘਰਸ਼ ਦੇ ਵਿੱਚ ਪੰਜਾਬ ਦਾ ਸਾਥ ਦਿੰਦੇ ਹੋ, ਇਹ ਵੀ ਆਰ ਪਾਰ ਦੀ ਲੜਾਈ ਪੰਜਾਬ ਲੜ ਰਿਹਾ। ਤੁਸੀਂ ਇਸ ਮੋਰਚੇ ਦਾ ਤਨ ਮਨ ਧਨ ਨਾਲ ਡਟ ਕੇ ਸਾਥ ਦਿਓ। ਉਰੇ ਆਪਣੇ ਪਿੰਡਾਂ 'ਚ ਟਰਾਲੀਆਂ 'ਚ ਤੇਲ ਪਵਾਉਣਾ, ਕੋਈ ਵੀ ਸੇਵਾ ਕਰਨੀ ਆਪਣੇ ਪਿੰਡਾਂ ਦੇ ਵਿੱਚ ਕਰੋ। ਮੋਰਚੇ 'ਤੇ ਉਰੇ ਬਹੁਤ ਚੜ੍ਹਦੀ ਕਲਾ, ਗੁਰੂ ਮਹਾਰਾਜ ਦੀ ਕਿਰਪਾ ਅਤੇ ਪੰਜਾਬ ਦੇ ਵਿੱਚ ਇੱਕ ਅਜਿਹਾ ਪੰਜਾਬ ਕੌਮ ਆਉਣ ਵਾਲੇ ਸਮੇਂ ਦੇ ਵਿੱਚ ਸਿਰਜੂਗੀ ਕਿ ਤੁਸੀਂ ਜਿਹਨਾਂ ਨੂੰ ਬੜਾ ਲੰਬਾ ਸਮਾਂ ਹੋ ਗਿਆ ਪੰਜਾਬ ਤੋਂ ਬਾਹਰ, ਤੁਸੀਂ ਵੀ ਆਓਗੇ ਅਤੇ ਜਦੋਂ ਫਿਰ ਤੁਸੀਂ ਆਓਗੇ ਏਅਰਪੋਰਟ ਤੋਂ, ਹੋ ਸਕਦਾ ਗੁਰੂ ਮਹਾਰਾਜ ਕਿਰਪਾ ਕਰਨ ਫਿਰ ਏਅਰਪੋਰਟ ਵੀ ਆਪਣੇ ਆਪ ਦੇ ਹੋਣ ਪੰਜਾਬ 'ਚ, ਤੁਹਾਨੂੰ ਢੋਲ ਵਜਾ ਕੇ ਜੀ ਆਇਆਂ ਕਰਾਂਗੇ, ਤੁਹਾਡਾ ਸਵਾਗਤ ਕਰਾਂਗੇ। ਇਹ ਮੋਰਚੇ ਦੇ ਵਿੱਚ ਸਾਰੇ ਵਿਦੇਸ਼ੀ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਅੱਜ ਤੋਂ ਹੀ ਟੈਲੀਫੋਨ ਕਰ ਦਿਓ ਕਿ ਤੁਸੀਂ ਸਾਰੇ ਮੋਰਚੇ ਦਾ ਹਿੱਸਾ ਬਣੋ। ਇਹ ਮੋਰਚਾ ਪੂਰੀ ਸਿੱਖ ਕੌਮ ਦਾ ਮੋਰਚਾ, ਇਹ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਪਲਵਿੰਦਰ ਸਿੰਘ ਤਲਵਾੜਾ, ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ। ਮੋਰਚੇ ਦੀਆਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਦੇ ਇਜਾਜ਼ ਦਿਓ, ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ।